हमेशा की तरह सारे लोग ब्लॉग करते हैं हंसी खुशी स्टार्ट। मैंने आज जो है ना मोई से स्टार्ट किया, मोई से हो रहा था तो मोई से हो रहा था वो भी आपको बताते हैं। अम्मी जी जो है ना वो इधर कड़ी बना रही है हमारे लिए, भाभी मैवे जो है ना वो सीख रही है कड़ी बनाना। अम्मी जी से आती है सारी, लेकिन बस अम्मी जी के हाथ का ज़्यादा टेस्ट है, ज़्यादा मज़ा है। हाँ जी चमका दियो, चमका दियो, चमकना चाहिए, चमकना। ओनू पालिश मारी, पालिश ओनू भी मार दियो। फिर बाद में धूप में भी खड़े करना है, बाद में धूप में भी खड़ा करते हैं। आगे खून चमकने ना का सीन देखो, मुझे इतना प्यारा लगता ना। ये तो सूखने लग गया। नहीं ये पहले सीगा, हूं ठीक हो गया। बाजी वो पहले सी आ नवी शाखा ने निकाली, जो हूं हरा भरा हो गया वा। हाँ जी ये इतना बड़ा ही दरखत है सी जिस टाइम असी लगाया सीगा, लेकिन आ इन्हें शाखा होने निकाली सानू सीगा खत्म हो जाना। मेरे घर के नाल ना आप आ बड़ा प्यारा व्यू नजर आता, दो तीन सीरी उधर एक आ लाइन च आ जाते। हाँ जी बड़ा अच्छा इधर आ तीन सीरी ये हो गए, दरम्यान च एक वो भी हो गया वो वाला, ठीक है ना। अच्छा मैं एक और दसा। हाँ जी एक लाइन ਤੁਸੀਂ ਵੀ ਉੱਥੇ ਸ਼੍ਰੀਆਂ ਦੀ ਇੱਧਰ ਜਿਹੜੀ ਵੀ ਇੱਧਰ ਨਹੀਂ ਲਗਾਣੀ ਬਾਜੀ, ਇੱਧਰ ਫਿਰ ਨਾ ਨੰਗਣਾ ਵੜਨਾ ਹੁੰਦਾ ਨਾ ਰਸਤਾ। ਨਹੀਂ ਨਹੀਂ ਨਾ ਸਾਰੀ ਜਗ੍ਹਾ ਛਾਣਾ ਭਰ ਜੇ ਤੇਰੇ ਘਰ ਨੂੰ, ਇੱਧਰ ਲੈ ਆਉਣ ਜਾਂ ਤੁਸੀਂ ਆਵੋ ਤੁਹਾਨੂੰ ਗਰਮੀ ਨਾ ਲੱਗੇ। ਨਹੀਂ ਉਹ ਤਾਂ ਠੀਕ ਹੈ ਮੈਂ ਇੱਧਰ ਲਾਣੇ ਆ। ਆ ਦੇਖੋ ਨਾ ਵਿੱਚ ਟਾਲੀਆਂ ਹੋ ਗਈਆਂ ਨਾ ਇੱਧਰ ਇੱਧਰ ਦਰਖਤ। ਹਾਂਜੀ ਤੇ ਇੱਧਰ ਫਿਰ ਬਾਕੀ ਆ ਸਰੀਂ ਲਾਵਾਂਗੇ ਨਾ, ਸਰੀਂ ਲੱਗੇ ਹੋਏ ਆ ਇੱਧਰ, ਹੋਰ ਦਰਖਤ ਲਾਣੇ ਆ। ਮੈਂ ਇੱਕ ਦਿਨ ਵੀਡੀਓ 'ਚ ਪੁੱਛਿਆ ਸੀ ਸਾਰੇ ਭੈਣ ਭਾਈਆਂ ਨੇ ਕਿਹਾ ਬਾਈ ਤੁਹਾਡੀ ਸੋਚ ਠੀਕ ਆ, ਇਸ ਸਾਈਡ 'ਤੇ ਜਿਹੜੀ ਪਰਲੀ ਸਾਈਡ ਆ ਨਾ ਉੱਧਰ ਸਾਰੇ ਮੈਂ ਦਰਖਤ ਹੀ ਦਰਖਤ ਲਗਾ ਦੇਣੇ, ਫਰੰਟ 'ਤੇ ਵੀ ਦਰਖਤ ਲਗਾ ਦੇਣੇ, ਚੰਗੇ ਦਰਖਤ ਲਾਣੇ ਆ। ਹਾਂਜੀ ਸਰ ਸਬਜ਼ ਬਸ ਨਜ਼ਰ ਆਵੇ। ਹਾਂਜੀ ਇਹ ਬਾਰਿਸ਼ ਪਈ ਤੇ ਕਿੰਨੇ ਪਿਆਰੇ ਲੱਗਦੇ ਆ। ਹਾਂਜੀ ਨਾਲੇ ਹੁਣ ਇਹਨਾਂ ਦੀ ਬਾਜੀ ਗਰੋਥ ਸ਼ੁਰੂ ਹੋਈ ਹੈ ਨਾ, ਮਾਸ਼ਾਅੱਲਾ ਬਹੁਤ ਪਿਆਰੇ ਲੱਗਦੇ ਆ। ਅੱਛਾ ਜੀ ਅਸੀਂ ਜਾ ਰਹੇ ਹਾਂ ਘਰ। ਬੁਰਾ ਹਾਲ ਕੀਤਾ, ਬੜਾ ਬੁਰਾ ਹਾਲ ਹੋਇਆ ਪਿਆ ਇੱਥੇ। ਆਹ ਦਰਵਾਜ਼ਾ ਜਿਹੜਾ ਨਾ, ਹਾਂਜੀ ਇਹ ਉਹ ਛੋਟੇ ਦਰਵਾਜ਼ੇ ਨਾਲ ਥੋੜਾ ਜਿਹਾ ਵੱਡਾ ਸੋਹਣਾ ਲੱਗਦਾ ਹੈ ਨਾ। ਹਾਂਜੀ ਇਹ ਬੜਾ ਲਗਵਾਇਆ। ਅੱਛਾ ਨਹੀਂ ਨਹੀਂ ਕੀ ਹੋਰ ਕੀਤਾ ਪਿਆ ਬਾਜੀ? ਪਤਾ ਮੈਂ ਇਹਨੂੰ ਪਹਿਲੇ ਸਾਫ਼ ਕੀਤਾ ਸਾਰਾ, ਮੈਂ ਕਿਹਾ ਹੁਣ ਰੋਜ਼ ਦੀ ਅੜੀ ਸਾਫ਼ ਨਹੀਂ ਹੁੰਦੀ। ਪੁੱਛਦਾ ਸਾਨੂੰ ਵੀ ਇਸ ਗੱਲ ਦਾ ਪਤਾ ਸੀ, ਸਫਾਈ ਕਰਕੇ ਹਟਦੇ ਪਿੱਛੇ ਹਨੇਰੀ ਆ। ਨਹੀਂ ਮੈਂ ਸ਼ਿਫਟ ਨਹੀਂ ਨਾ, ਮੇਰੇ ਸਫਾਈ ਦਾ ਫਾਇਦਾ ਨਹੀਂ ਨਾ ਅਜੇ ਤੇ, ਤੇ ਨਾਲੇ ਤੁਹਾਡੇ ਵੀ ਬਥੇਰੀ ਕਰਨੇ ਪਿਆ, ਕਹਿੰਦੇ ਸਫਾਈ ਜਿੰਨੀ ਹੋ ਸਾਡੀ ਹੋਣੀ ਹੈ ਤੁਹਾਡੀ। ਸਾਨੂੰ ਬਾਹਰੋਂ ਬਾਹਰ ਜ਼ਿਆਦਾ ਕਰਨੀ ਪੈਣੀ ਆ, ਅੰਦਰ ਤੇ ਬੰਦ ਆ। ਚਲੋ ਬੰਦਾ ਬੰਦ ਨਹੀਂ, ਅਸੀਂ ਵੀ ਅੰਦਰ ਬੰਦ ਹੀ ਆ, ਸਾਡੀ ਵੀ ਅੰਦਰ ਤੱਕ ਮਿੱਟੀ ਜਾਂਦੀ। ਚਲੋ ਕੋਈ ਨਹੀਂ, ਲੇਕਿਨ ਉਹ ਬੰਦਾ ਫਿਰ ਵੀ ਕੁਝ ਬਚਤ ਕਰਦਾ ਸਾਡਾ, ਆ ਜਿਹੜਾ ਚੀਜ਼ ਆ ਨਾ ਆ ਵਾਲੀ, ਬਾਹਰੋਂ ਬਾਹਰ ਇਧਰੋਂ ਤੇ ਉਧਰੋਂ। ਇਹ ਸੰਗਾਈ ਤੇ ਵੀ ਕਾਫੀ ਦਿਨ ਲੱਗਣੇ, ਮਹੀਨਾ ਇੱਕ ਲੱਗ ਜਾਣਾ, ਡੇਢ ਮਹੀਨਾ ਰਗੜਾਈ ਤੇ। ਤੇ ਰਗੜਾਈ ਉਹ ਕਰਵਾਇਓ ਪੀਟਰ ਵਾਲੇ, ਜਿਹੜੀ ਬਿਜਲੀ ਵਾਲੀਆਂ ਕਰਵਾਓ। ਨਹੀਂ ਉਹ ਸੋਲਰ ਪੈਨਲ ਲੈ ਕੇ ਨਾ ਆਪਣੇ, ਹੁਣ ਕਹਣਾ ਆਪਣੀ ਮਸ਼ੀਨ ਲਿਓ ਵੀ ਉੱਥੇ ਰਗੜਾਈ ਕਰਵਾਉਣੀ ਅਸੀਂ। ਹਾਂ ਜੀ ਸੋਲਰ ਤੇ ਵਾੜੇ ਅਸੀਂ ਉਹਨਾਂ ਸੋਲਰ ਦੇ ਆਂਗੇ ਕਨੈਕਸ਼ਨ, ਸੋਲਰ ਦਾ ਅੱਗੇ ਉਹਨਾਂ ਦੀ ਸਿਰਦਰਦੀ ਆ। ਸਹੀ ਹਾਂਜੀ ਚਲੋ ਆ ਜਾਓ ਸੋਲਰ ਵਾਲੀ ਸਾਈਡ ਤੇ। ਆ ਇੱਧਰ ਜ਼ਿਆਦਾ ਨਾ ਹੈ ਆ, ਅੰਦਰੋਂ ਮੈਂ ਤੁਹਾਨੂੰ ਦਿਖਾਵਾਂ, ਆ ਜਾਓ ਅੰਦਰ ਇੱਧਰੋਂ। ਉਹ ਬਾਜੀ ਨਲਕਾ ਲਗਵਾਇਆ, ਨਲਕਾ ਸਹੀ ਨਾ ਦੇ ਦਵਾ। ਹਾਂਜੀ ਮਸ਼ੀਨਾਂ ਮਸ਼ੂਨਾਂ ਸਾਰਾ ਨਿਜ਼ਾਮ ਇੱਧਰ ਹੀ ਹੋਵੇ। ਮੈਂ ਪਤਾ ਕੀ ਕਰਨਾ ਵਾ, ਮੈਂ ਹੁਣ ਇੱਥੋਂ ਇੱਕ ਮੇਰਾ ਕਨੈਕਸ਼ਨ ਰਹਿੰਦਾ ਵਾ ਉਹ ਕਰਵਾਉਣਾ ਵਾ, ਇੱਥੇ ਅੰਦਰ ਹੈ ਨਾ ਵਾਸ਼ਰੂਮ 'ਚ ਉਹਨੂੰ ਕਹਿਣਾ। ਸਾਡਾ ਕਮਰਾ ਹੈ ਨਾ,
ਹਾਂਜੀ ਇੱਥੋਂ ਕਨੈਕਸ਼ਨ ਕਢਵਾ ਕੇ ਨਾ ਇੱਥੇ ਬੋਰਡ ਲਵਾਉਣਾ ਵਾ, ਠੀਕ ਹੈ ਨਾ, ਇੱਥੇ ਬੋਰਡ ਲਵਾਉਂਗਾ ਜਾਂ ਉੱਧਰ ਬਾਹਰੋਂ ਬਾਹਰ ਇੱਧਰ ਇੱਕ ਕਨੈਕਸ਼ਨ ਕਰਵਾਉਂਗਾ। ਜਦੋਂ ਮੈਂ ਕਹਿੰਦਾ ਛੱਤ ਪੈ ਜਾਏਗੀ ਨਾ ਇੱਥੇ ਰੱਖਣਾ ਮੈਂ ਸਾਰਾ ਸਮਾਨ, ਵਾਸ਼ਿੰਗ ਮਸ਼ੀਨ ਆ ਜੇ ਉਹ ਇੱਥੇ ਰੱਖਣੀ ਆ। ਹਾਂਜੀ ਹਲਕਾ ਜਿਹਾ ਨੀਵਾਂ ਰੱਖਿਆ ਵੀ ਲੰਘਣ ਵਾਲੇ ਨੂੰ ਠੁੱਡ ਜਿਹਾ ਵੀ ਨਾ ਲੱਗੇ ਨਾ, ਠੁੱਡਾ ਅਸੀਂ ਬੋਲਦੇ ਹਾਂ ਜੀ ਇਹਨੂੰ ਐਵੇਂ ਠੁੱਡਾ ਬੋਲਦੇ ਹਾਂ। ਜਿਹੜੀ ਆਹ ਵਾਲੀ ਭਾਅ ਜੀ ਇਹ ਕਾਫੀ ਦੇਰ ਦੀ ਆਈ ਹੋਈ ਆ, ਇਹ ਮੈਂ ਮਿਸਤਰੀ ਨੂੰ ਪੁੱਛਿਆ ਸੀ, ਉਹ ਕਹਿ ਰਿਹਾ ਉਹ ਤਾਂ ਕਹਿ ਰਿਹਾ ਸੀਗਾ ਵੀ ਇਹ ਭਾਈ ਇਹ ਸੀਮਟ 'ਚ ਆ, ਅਗਰ ਹੁੰਦੀ ਨਾ ਨੀਚੇ ਦੀਵਾਰ 'ਚ ਇਹ ਕ੍ਰੈਕ ਖੁੱਲ ਜਾਣਾ ਸੀ, ਬੜਾ ਹੋ ਜਾਣਾ ਸੀ, ਠੀਕ ਹੈ ਨਾ। ਉਹਨਾਂ ਨੇ ਕਿਹਾ ਵੀ ਇਹ ਭਾਈ ਇਹਦੇ 'ਚ ਆਹ ਦੇਖੋ ਨਾ ਇੱਥੋਂ ਦਰਮਿਆਨ 'ਚ ਨਹੀਂ ਹੈ, ਫਿਰ ਇੱਥੋਂ ਇੰਨੀ ਜਗ੍ਹਾ 'ਚ ਹੀ ਆ, ਇੱਥੋਂ ਆਹ ਦੇਖੋ ਇੰਨੀ ਜਗ੍ਹਾ 'ਚ ਨਹੀਂ, ਅਗਰ ਹੁੰਦੀ ਨਾ ਉਹਦੇ 'ਚ ਦੂਸਰੇ 'ਚ ਫਿਰ ਹੁਣ ਅਸੀਂ ਉਹ ਨੁੱਕਰ 'ਚ ਉਸ 'ਚ ਅਤੇ ਇੱਕ ਇਸ 'ਚ ਥੋੜ੍ਹੀ ਜਿਹੀ ਆ ਵਾਲੀ ਦੀਵਾਰ 'ਚ। ਹਾਂਜੀ ਆਹ ਵਾਲਾ ਕਰੈਕ। ਅੱਛਾ ਜੀ ਮੈਂ ਤਾਂ ਦੁਆ ਕਰਦੀ ਹਾਂ ਜਲਦੀ ਜਲਦੀ ਰਗੜਾਈ ਵੀ ਹੋਵੇ। ਹਾਂਜੀ ਅਤੇ ਦਰਵਾਜ਼ੇ ਵਿੰਡੋ ਵੀ ਲੱਗਣ ਅਤੇ ਸਾਰੇ ਕੰਮ ਹੋ ਜਾਣ। ਬਾਜੀ ਅਸੀਂ ਤਾਂ ਪਾਣੀ ਗੇੜਿਓ, ਬਹੁਤ ਠੰਡਾ ਪਾਣੀ ਇਹਦਾ, ਲਿਓ ਮੈਂ ਨਿਕਾਲਦਾ ਤਾਂ ਕੋਈ ਤਾਂ ਪਾਣੀ ਨਹੀਂ ਨਿਕਲਣਾ ਤੁਹਾਨੂੰ, ਤਾਂ ਫਿਰ ਇਹਦਾ ਤਰੀਕਾ। ਉਹਨਾਂ ਨੇ ਕਿਹਾ ਸੀ ਮਸ਼ੀਨ ਵੱਡੀ ਲਾਓ, ਇਹ ਪਾਣੀ ਬਹੁਤ ਜ਼ਿਆਦਾ ਹੋ ਗਿਆ, ਮੈਂ ਕਿਹਾ ਇੰਨੀ ਮਸ਼ੀਨ ਸੱਤ ਨਹੀਂ ਲੱਗਦੀ, ਉਹ ਕਹਿੰਦੇ 10 ਫੁੱਟ ਨੀਚੇ ਜ਼ਮੀਨ 'ਚ ਦੱਬ ਦਿਓ। ਅੱਛਾ ਅੱਛਾ ਜੀ ਤਾਂ ਮੈਂ ਨਹੀਂ ਮੰਨਦਾ। ਸਹੀ ਇਹ ਵੀ ਠੀਕ ਆ। ਦੋ ਟੂਟੀਆਂ ਆਰਾਮ ਨਾਲ ਲੱਗ ਜਾਣੀਆਂ ਵਾ, ਜਿਦਾਂ ਮੈਂ ਉਹ ਪੈਪ ਜੇ ਲਗਵਾਏ ਹੋਏ ਨਾ ਬੜਾ ਉਹਦਾ ਸੋਖ ਏ। ਹਾਂ ਤੇ ਇੱਕ ਤੇ ਬੰਦਾ ਕੱਪੜੇ ਧੋ ਲੈਂਦਾ, ਇੱਕ ਤੇ ਬਰਤਨ ਧੋ ਲੈਂਦਾ ਵਾ, ਅੱਜ ਦੀ ਜਿਹੜੀ ਉਹ ਬਰਤਨ ਵਾਲੀ ਕਾਲੇ, ਜਿਹੜੀ ਪਰੀ ਉਹ ਕੱਪੜਿਆਂ ਵਾਲੀ ਕਾਲੇ। ਉਸ ਕਰ ਨਾਲ ਪਾਣੀ ਦਾ ਮੈਂ ਤਾਂ ਇੱਥੇ ਆ ਕੇ ਨਹਾ ਕੇ ਜਾਊਂਗੀ ਨਲਕੇ ਤੇ, ਬਹੁਤ ਇਹਦਾ ਪਾਣੀ ਠੰਡਾ ਵਾ, ਮੈਂ ਅਕਸਰ ਇੱਥੇ ਨਹਾ ਕੇ ਜਾਣਾ ਦੁਪਹਿਰ ਨੂੰ। ਸਹੀ ਅੱਬੂ ਜੀ ਵੀ ਨਹਾਉਂਦੇ ਆ। ਸਹੀ ਲਾਲਾ ਜੀ ਵੀ ਆਉਂਦੇ ਹੁੰਦੇ ਜੋ ਬਿਮਾਰ, ਉਹ ਵੀ ਕਹਿੰਦੇ ਸੀਗੇ ਅੱਛਾ ਵੀ ਇਹਦਾ ਪਾਣੀ ਬਹੁਤ ਠੰਡਾ ਵਾ, ਉਹ ਵੀ ਨਹਾਉਂਦੇ ਕਹਿੰਦੇ ਠੰਡ ਪੈ ਜਾਂਦੀ ਬੰਦੇ। ਸਹੀ ਹਾਂਜੀ ਘਾਹ ਕਿੰਨ ਚੱਲ ਘਾਹ ਦੇਖੀਏ ਤਾਂ। ਹਾਂਜੀ ਘਾਹ ਮੈਂ ਤੁਹਾਨੂੰ ਦਿਖਾਵਾਂ, ਪੌਦੇ ਸੁੱਕ ਗਏ ਆ ਸਾਰੇ, ਪੌਦੇ ਦੋ ਤਿੰਨ ਰਹਿ ਗਏ, ਬਾਕੀ ਉਹ ਪਤਾ ਕੀ ਸੀਗਾ ਇਹ ਕਬੂਤਰਾਂ ਦੇ ਕਾਰਨ ਆਵੇਂ ਨੇ। ਇਹ ਤਾਂ ਕਬੂਤਰ ਦਾ ਖਿਆਲ, ਤੈਨੂੰ ਇੱਥੋਂ ਕੱਢਣਾ ਪੈਣਾ, ਬੜੀਆਂ ਦੀਵਾਰਾਂ ਗੰਦੀਆਂ ਵੀ ਕਰ ਦਿੱਤੀਆਂ। ਆਪ ਹੀ ਨਹੀਂ ਜਾਂਦੇ ਉਹ, ਚੱਲ ਪਿਆ ਹੁਣ ਤਾਂ ਕੁਛ ਹੈ ਨਾ। ਆਹ ਬਾਜਰਾ ਲਾਇਆ ਕੀ ਲਾਇਆ? ਆਹ ਬਾਜਰਾ ਕੀ? ਅੱਛਾ ਅੱਛਾ ਉਹ ਵਾਲਾ ਪੌਦੇ ਚੱਲ ਪਏ ਤਿੰਨ ਚਾਰ ਦੜੇ ਉਸੇ 'ਚ, ਇਹਦੇ ਲਿਆ ਕੇ ਨਵੇਂ ਲਾਉਂਗਾ ਹੁਣ, ਆਹ ਵੀ ਚੱਲ ਗਿਆ, ਇਹਦਾ ਅਚਾਰ ਬਣਦਾ ਵਾ। ਅੱਛਾ ਇਹਦਾ? ਹਾਂਜੀ ਉਹ ਪਤਾ ਦੱਸਦਾ ਸੀ ਪਤਾ ਨਹੀਂ ਕੀ ਲੱਗਦਾ, ਮੈਨੂੰ ਨਾਮ ਨਹੀਂ ਇਹਦਾ ਪਤਾ। ਅੱਛਾ ਦੱਸਦੀ ਉਹਨੇ ਕਿਹਾ ਭਈ ਇਹਦਾ ਚਾਰ ਪੌੜਾ ਬਾਂਸੀ ਦਾ ਬਣਦਾ, ਮੈਂ ਫਿਰ ਲਿਆ ਕੇ ਲਾਤਾ, ਇਹਦਾ ਚੱਲ ਪਿਆ। ਸਹੀ ਠੀਕ। ਹਾਂਜੀ ਆਹ ਮਾਸ਼ਾਅੱਲਾ ਪਤਾ ਕੀ ਆ, ਮੈਨੂੰ ਬਹੁਤ ਜਲਦੀ ਸਾਰਾ ਸਰ ਸਬਜ਼ ਨਜ਼ਰ ਆਵੇ।
ਸਰਸਬਜ਼ ਤੇ ਨਜ਼ਰ ਆਊਗਾ ਜਿਹੜੀ ਹਨੇਰੀ ਹੈ ਨਾ ਫਿਰ ਤੁਸੀਂ ਆਇਆ ਕਰਨਾ ਨਾ ਇੱਥੇ ਸਰਸਬਜ਼ ਅੱਛਾ ਇਧਰੋਂ ਫਿਰ ਆ ਲੈਟਾ ਸਰਸਬਜ਼ ਇੱਥੇ ਉਹ ਚਾਰ ਚ ਫਿਰ ਗੁਲਾਬ ਦੇ ਜਾਂ ਕਿਸੇ ਚੀਜ਼ ਦੇ ਲਗਾ ਨਾ ਬੂਟੇ ਉਹ ਵੀ ਲਾਣੇ ਇਹਦੇ ਚ ਵੀ ਲਾਈਟਾਂ ਵਾ ਠੀਕ ਹੈ ਨਾ ਇੱਕ ਲਾਈਟ ਇੱਥੇ ਕਿ ਇੱਥੇ ਬਲੇਗੀ ਰਾਤ ਨੂੰ ਸਹੀ ਬੜਾ ਜ਼ਬਰਦਸਤ ਮਾਸ਼ਾ ਅੱਲਾ ਵੀ ਉੱਪਰੋਂ ਆ ਡਿਜ਼ਾਈਨ ਆ ਮੈਂ ਤੁਹਾਨੂੰ ਕਹਿ ਰਿਹਾ ਸੀ ਸਪੈਨਿਸ਼ ਕਿਹਾ ਹਾਂਜੀ ਮਾਸ਼ਾ ਅੱਲਾ ਬਣ ਕੇ ਪਿਆਰਾ ਲੱਗੇਗਾ ਤਿਲੀ ਕੀ ਫਸਲ ਦੇਖਣੇ ਆਇਆ ਥਾ ਮੈਂ ਇਸਕੋ ਪਾਣੀ ਕੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਭੀ ਬਹੁਤ ਜ਼ਿਆਦਾ ਤੋ ਇਨਸ਼ਾਲਾ ਸੁਬਹ ਸੇ ਇਸਕਾ ਨਾ ਪਾਣੀ ਸਟਾਰਟ ਕਰਤੇ ਇਨਸ਼ਾਲਾ ਬਾਰਿਸ਼ ਹੋਈ ਹੈ ਹਲਕੀ ਸੀ ਹੋਈ ਹੈ ਸੁਬਹ ਸੇ ਨਾ ਇਸਕਾ ਪਾਣੀ ਸਟਾਰਟ ਕਰ ਦੇਣਾ ਹੈ ਇਨਸ਼ਾਲਾ ਇਨਸ਼ਾਲਾ ਹਮਨੇ ਜਿਸ ਤਰ੍ਹਾਂ ਕਿ ਯੇ ਪੌਦਾ ਇਸ ਤਰ੍ਹਾਂ ਕੇ ਸਾਰੇ ਪੌਦੇ ਹੋਤੇ ਨਾ ਮੈਂ ਕਹਿਤਾ ਹੂੰ ਬਸ ਪਹਿਚਾ ਪਹਿਚਾ ਹੋ ਜਾਂਦੀ ਜਿਸ ਤਰ੍ਹਾਂ ਕਾ ਇਸਕੋ ਫਲ ਹੈ ਸਾਰੇ ਇਸ ਜੈਸੇ ਨਹੀਂ ਹੈ ਕਿਸੇ ਕੋ ਕਮ ਵੀ ਹੈ ਕਿਸੇ ਕੋ ਜ਼ਿਆਦਾ ਵੀ ਹੈ ਫਲ ਮਾਸ਼ਾਅੱਲਾ ਮੀਚ ਕੜੀ ਬਣਾਏ ਤਾਂ ਮੈਂ ਬਈ ਬੜੇ ਸ਼ੌਕ ਸੇ ਪੀਤਾ ਵੀ ਹੂੰ ਖਾਤਾ ਵੀ ਹੂੰ ਅਭੀ ਯੇ ਪੱਕ ਰਹੀ ਹੈ ਨਾ ਅਭੀ ਮੈਂ ਪਲੇਟ ਮੇਂ ਡਾਲੂੰਗਾ ਔਰ ਮੈਂ ਇਸੇ ਖਾ ਜਾਊਂਗਾ ਜਾਂ ਪੀ ਜਾਊਂਗਾ ਜੋ ਵੀ ਕਹਿਣਾ ਆਪਣੇ ਕਹਿ ਸਕਦੇ ਹੈ ਬੜੀ ਮਜ਼ੇ ਕੀ ਕੜੀ ਬਣਾਈ ਹੋਈ ਅੱਜ ਅੰਮੀ ਜੀ ਨੇ ਅਭੀ ਪਲੇਟ ਲੈ ਕੇ ਆਤੇ ਔਰ ਕੋਈ ਕੁਛ ਖਾਤੇ ਰਾਤ ਕੋ ਬਈ ਤਿੰਨ ਸੇ ਚਾਰ ਰੋਟੀਆਂ ਮੇਰੀ ਪੱਕੀਆਂ ਅੱਜ ਅਸਮਾਨ ਪੇ ਬਾਦਲ ਆਏ ਹੋਏ ਮਾਸ਼ਾਅੱਲਾ ਬਹੁਤ ਪਿਆਰਾ ਮੌਸਮ ਬਣਾ ਹੋਇਆ ਹਵਾ ਚੱਲ ਰਹੀ ਹੈ ਆਪ ਇਸਕੋ ਦੇਖ ਕੇ ਅੰਦਾਜ਼ਾ ਕਰ ਲੇ ਹਵਾ ਅੱਛੀ ਚੱਲ ਰਹੀ ਹੈ ਹਮਾਰੀ ਤਰਫ ਅੱਜ ਕਿਉਂਕਿ ਹਮਾਰੀ ਤਰਫ ਓਪਨ ਏਰੀਆ ਹੈ ਤੋ ਬੜੀ ਜ਼ਬਰਦਸਤ ਹਵਾ ਲੱਗ ਰਹੀ ਹੈ ਚਲੇ ਜੀ ਅੱਜ ਕੇ ਵਲੋਗ ਯਹੀਂ ਬੈਂਡ ਕਰਤੇ ਹੈ ਆਪਣਾ ਬਹੁਤ ਸਾਰਾ ਖਿਆਲ ਰੱਖੇਗਾ ਦੁਆ ਮੈਂ ਯਾਦ ਰੱਖੇਗਾ ਬਾਰਿਸ਼ ਹੋਈ ਥੀ ਮਾਸ਼ਾਅੱਲਾ ਮੌਸਮ ਅੱਛਾ ਬਣ ਗਿਆ ਹੈ ਮੈਨੇ ਇਹ ਸਾਰਾ ਵੈਪਰ ਸ਼ੇਪਰ ਲਗਾ ਦਿਆ ਹੈ ਮਾਸ਼ਾਅੱਲਾ ਵੀ ਆਈ ਪੀ ਮਾਹੌਲ ਬਣਾ ਦਿਆ ਵੀ ਭਾਬੀ ਜੋ ਹੈ ਨਾ ਅੰਦਰ ਸੇ ਸਫਾਈਆਂ ਕਰ ਰਹੀ ਹੈ ਔਰ ਬੱਚੇ ਆਏ ਹੋਏ ਤੋ ਉਹ ਸਾਰਾ ਦਿਨ ਖਾਤੇ ਪੀਤੇ ਹੈ ਔਰ ਫਿਰ ਰੈਪਰ ਵਗੈਰਾ ਜੋ ਹੋਤੇ ਨਾ ਜੋ ਡਸਟ ਵਗੈਰਾ ਉਹ ਸਾਰੀ ਐਸੀ ਕਿਉਂਕਿ ਟਿਊਬਵੈਲ ਪਰ ਜਾਤੇ ਨਹਾਤੇ ਹੈ ਵਹਾਂ ਸੇ ਫਿਰ ਨਹਾ ਕੇ ਆਤੇ ਹੈ ਜੈਸੇ ਮੈਂ ਕਰਤਾ ਹੂੰ ਮੈਂ ਤੋ ਇਧਰ ਨਹਾਤਾ ਹੂੰ ਵੋ ਟਿਊਬਵੈਲ ਸੇ ਨਹਾ ਕੇ ਆਤੇ ਹੈ ਰੇਤ ਜੋ ਹੋਤੀ ਹੈ ਨਾ ਫਿਰ ਵੋ ਗਿੱਲੇ ਕੱਪੜੋ ਕੇ ਸਾਥ ਅੰਦਰ ਆ ਜਾਤੀ ਹੈ ਤੋ ਚਲੇ ਜੀ ਵਲੋਗ ਕਾ ਯਹੀਂ ਪੇ ਐਂਡ ਕਰਤੇ ਹੈ ਆਪਣਾ ਖਿਆਲ ਰੱਖੀਏਗਾ ਦੁਆ ਮੈਂ ਯਾਦ ਰੱਖੀਏਗਾ ਓਕੇ ਅੱਲਾ ਹਾਫਿਜ਼।